ਕਿ ਹਦੀਸੇ ਮੁਬਾਰਕ ਹੈ ਹੁਸੈਨ ਨੂੰ ਮਿੰਨੀ ਵਾਨਾ ਮਿਨਲ ਹੁਸੈਨ ਸੁਭਾਨ ਅੱਲਾਹ ਤੇ ਹੁਸੈਨ ਮੇਰੇ ਵਿੱਚੋਂ ਮੈਂ ਹੁਸੈਨ ਵਿੱਚੋਂ ਉੱਚਾ ਬੋਲੋ ਜਰਾ ਪਿਛਲੇ ਮੈਨੂੰ ਪਤਾ ਲੱਗੇ ਸਮਝ ਆ ਰਹੀ ਹੈ ਨਾ ਪਿਛੇ ਵਾਰ ਹੁਸੈਨ ਨੂੰ ਮਿੰਨੀ ਵਾਨਾ ਮਿਨਲ ਹੁਸੈਨ ਹੁਸੈਨ ਮੇਰੇ ਵਿੱਚੋਂ ਤੇ ਮੈਂ ਹੁਸੈਨ ਵਿੱਚੋਂ ਮੈਂ ਹੁਸੈਨ ਵਿੱਚੋਂ ਹੁਸੈਨ ਵਿੱਚੋਂ ਹੁਣ ਕਿ ਸ਼ਾਹ ਸਾਹਿਬ ਇਹ ਤੇ ਸਮਝ ਆਉਂਦੀ ਕਿ ਸਰਕਾਰ ਦੇ ਵਿੱਚੋਂ ਹੁਸੈਨ ਨੇ ਇਹ ਤੇ ਸਮਝ ਆ ਗਈ ਕਿ ਆਪ ਦੇ ਬੇਟੇ ਨੇ ਇਮਾਮ ਹੁਸੈਨ ਪਰ ਜਿਹੜਾ ਇਹ ਫਰਮਾਇਆ ਕਿ ਹੁਸੈਨ ਨੂੰ ਮਿੰਨੀ ਵਾ ਅਨਾ ਮਿਨਲ ਹੁਸੈਨ ਕਿ ਮੈਂ ਹੁਸੈਨ ਵਿੱਚੋਂ ਹਾਂ ਹੁਣ ਕਿ ਇਹ ਕਿੰਝ ਹੋ ਸਕਦਾ ਬਾਪ ਦੀ ਤੇ ਸਮਝ ਆਉਂਦੀ ਉਹਦੇ ਵਿੱਚੋਂ ਬੇਟਾ ਹੈ ਪਰ ਬੇਟੇ ਵਿੱਚੋਂ ਬਾਪ ਏ ਇਹਦੀ ਸਮਝ ਨਹੀਂ ਆਈ ਤੇ ਦੋਸਤੋ ਬਜ਼ੁਰਗੋ ਰਿਆਜ਼ੁਲ ਕੁਦਸ ਕਿਤਾਬ ਦੇ ਅੰਦਰ ਆਂਦਾ ਵੇ ਕਿ ਇਮਾਮ ਹੁਸੈਨ ਅਲੈ ਸਲਾਮ ਜਿਸ ਟਾਈਮ ਸਰਕਾਰ ਨੇ ਦੁਨੀਆਂ ਤੋਂ ਪਰਦਾ ਫਰਮਾਇਆ ਨਾ ਤੇ ਸਰਕਾਰ ਦਾ ਇੰਨਾ ਗਮ ਕਿ ਰੋਜ਼ ਫਜਰ ਦੀ ਨਮਾਜ਼ ਪੜ੍ਹ ਕੇ ਸਰਕਾਰ ਦੇ ਰੋਜ਼ੇ ਤੇ ਆ ਕੇ ਰੋਇਆ ਕਰਦੇ ਆਸੂ ਬਹਾਇਆ ਕਰਦੇ ਕਿ ਨਾਨਾ ਜਾਨ ਅਬ ਤੋ ਐਸਾ ਕੋਈ ਨਹੀਂ ਰਹਾ ਕਿ ਜਿਸ ਨੇ ਮੈਂ ਆਪਣੇ ਦਿਲ ਕੀ ਬਾਤੇ ਕਰੂੰ ਰਾਜ਼ੋ ਨਿਆਜ਼ ਕੀ ਬਾਤੇ ਕਰੂੰ ਰਾਤ ਹੋਤੀ ਸ਼ਾਹ ਕੀ ਨਮਾਜ਼ ਪੜ੍ਹਤੀ ਨਾਨੇ ਕੇ ਮਜ਼ਾਰ ਪਰ ਸੁਬਾ ਫਜਰ ਕੀ ਨਮਾਜ਼ ਪੜ੍ਹਤੇ ਨਾਨਾ ਕੇ ਮਜ਼ਾਰ ਪਰ 10 ਸ਼ਬਾਨ ਕਾ ਦਿਨ ਆਇਆ ਕਿਆ ਹੁਆ ਕਿ ਇਮਾਮ ਹੁਸੈਨ ਅਲੈਹਿ ਸਲਾਮ ਆਪਣੇ ਨਾਨਾ ਕੇ ਰੋਜ਼ੇ ਪਰ ਥੇ ਨਾਨਾ ਕੇ ਰੋਜ਼ੇ ਪਰ ਗਏ ਵਹਾਂ ਪਰ ਜਾ ਕਰ ਸਰ ਰੱਖ ਕੇ ਰੋ ਰਹੇ ਥੇ ਕਿ ਇਸੀ ਅਸਨਾ ਕੇ ਅੰਦਰ ਕਿਆ ਹੁਆ ਕਿ ਆਪਕੋ ਨੀਂਦ ਆ ਗਈ ਜਬ ਨੀਂਦ ਆਈ ਨਾ ਆਂਖੇ ਬੰਦ ਕੀ ਤੋ ਸਰਕਾਰ ਕਾ ਦੀਦਾਰ ਹੋ ਗਿਆ ਸੁਭਾਨ ਅੱਲਾਹ ਮੇਰੀ ਕੰਪਨੀ ਵਾਲੀ ਸਰਕਾਰ ਤਸ਼ਰੀਫ ਲਾਏ ਔਰ ਤਸ਼ਰੀਫ ਲਾ ਕਰ ਫਰਮਾਨੇ ਲੱਗੇ ਹੁਸੈਨ ਤੂੰ ਕਿਉਂ ਰੋ ਰਿਹਾ ਅਰਜ਼ ਕੀ ਨਾਨਾ ਜਾਨ ਆਪਕੀ ਜੁਦਾਈ ਬਰਦਾਸ਼ਤ ਨਹੀਂ ਹੋਤੀ ਮੱਕੇ ਕੇ ਲੋਗ ਔਰ ਮਦੀਨੇ ਕੇ ਲੋਗ ਹਜ਼ੂਰ ਕਿਆ ਕਰਤੇ ਹੈ ਕਿ ਜਬ ਉਹਨੇ ਸਰਕਾਰ ਆਪਕੀ ਯਾਦ ਆਏ ਨਾ ਕਿ ਵੋ ਹਸਨ ਕੋ ਲਾ ਲੈ ਆਤੇ ਹੈ ਔਰ ਮੁਝੇ ਲੈ ਜਾਤੇ ਔਰ ਹਮ ਦੋਨੋਂ ਕੋ ਇਕੱਠਾ ਖੜਾ ਕਰਕੇ ਦੇਖਤੇ ਉਹਨੇ ਮੁਸਤਫਾ ਨਜ਼ਰ ਆ ਜਾਂਦਾ ਹੈ ਸੁਭਾਨ ਅੱਲਾਹ ਤੋ ਸੋਹਣਿਆ ਮਦੀਨੇ ਵਾਲੇ ਤੋਂ ਆਪਕਾ ਦੀਦਾਰ ਹਮ ਦੋਨੋਂ ਨੇ ਕਰ ਲੈਤੇ ਹਮ ਆਪਕਾ ਦੀਦਾਰ ਕਿਸੇ ਕਰੇ ਸੁਭਾਨ ਅੱਲਾਹ ਕਿਉਂਕਿ ਹਦੀਸੇ ਮੁਬਾਰਕ ਹੈ ਕਿ ਇਮਾਮ ਹਸਨ ਅਲੈਹਿ ਸਲਾਮ ਸਰ ਕੇ ਬਾਲ ਸੇ ਲੈ ਕਰ ਨਾਫ ਤੱਕ ਸ਼ਬੀਹ ਮੁਸਤਫਾ ਸੁਭਾਨ ਅੱਲਾਹ ਤੇ ਇਮਾਮ ਹੁਸੈਨ ਅਲੈਹਿ ਸਲਾਮ ਨਾਫ ਸੇ ਲੈ ਕਰ ਪਾਉਂ ਕੇ ਅੰਗੂਠੇ ਤੱਕ ਸ਼ਬੀਹ ਮੁਸਤਫਾ ਤੇ ਸਹਾਬਾ ਕਰਾਮ ਫਰਮਾਉਂਦੇ ਜਦੋਂ ਸਰਕਾਰ ਛੱਡਦੀ ਪਰਦਾ ਫਰਮਾ ਕੇ ਨਾ ਤੇ ਸਰਕਾਰ ਦਾ ਦੀਦਾਰ ਕਰਨਾ ਹੁੰਦਾ ਤੇ ਅਸੀਂ ਕੀ ਕਰਦੇ ਕਿ ਹਸਨ ਤੇ ਹੁਸੈਨ ਨੂੰ ਮਦੀਨੇ ਦੀ ਗਲੀਆਂ ਚੋਂ ਲੈ ਕੇ ਆ ਕੇ ਇਕੱਠਾ ਖਵਾ ਕੇ ਵੇਖ ਲੈਂਦੇ ਸਾਨੂੰ ਮੁਸਤਫਾ ਨਜ਼ਰ ਆ ਜਾਂਦਾ ਤੇ ਇਮਾਮ ਹੁਸੈਨ ਨੇ ਕਿਤੇ ਹਜ਼ੂਰ ਸਵਾਬਾਂ ਤੇ ਸਾਨੂੰ ਵੇਖ ਕੇ ਆਪਣੇ ਦਿਲ ਦੀਆਂ ਰੀਝਾਂ ਪੂਰੀਆਂ ਕਰ ਲੈਂਦੇ ਨੇ ਸੋਹਣਿਆ ਅਸੀਂ ਕਿਨੂੰ ਵੇਖੀਏ ਅਸੀਂ ਕਿਨੂੰ ਵੇਖੀਏ ਤੇ ਮੇਰੀ ਕਮਲੀ ਵਾਲੀ ਸਰਕਾਰ ਨੇ ਇਰਸ਼ਾਦ ਫਰਮਾਇਆ ਹੁਸੈਨ ਪਰੇਸ਼ਾਨ ਨਾ ਹੋ ਅੱਜ ਫਜਰ ਦੀ ਨਮਾਜ਼ ਤੋਂ ਬਾਅਦ ਤੇਰੇ ਘਰ ਇੱਕ ਬੱਚਾ ਪੈਦਾ ਹੋਏਗਾ ਤੇਰੇ ਘਰ ਇੱਕ ਬੱਚਾ ਪੈਦਾ ਹੋਏਗਾ ਉਹਦਾ ਨਾਂ ਅਲੀ ਅਕਬਰ ਰੱਖਣਾ ਹੈ ਤੇ ਹੁਸੈਨ ਪਰੇਸ਼ਾਨ ਹੋਣ ਦੀ ਲੋੜ ਨਹੀਂ ਮੇਰਾ ਪੁੱਤਰ ਉਹ ਅਲੀ ਅਕਬਰ ਸਿਰ ਤੋਂ ਲੈ ਕੇ ਪੈਰ ਤੱਕ ਮੇਰੀ ਛਬੀ ਹੋਏਗਾ ਸਿਰ ਤੋਂ ਲੈ ਕੇ ਪੈਰ ਤੱਕ ਮੇਰੀ ਛਬੀ ਹੋਏਗਾ ਯਾਦ ਰੱਖੋ ਇਮਾਮ ਹਸਨ ਅਲੈਹਿ ਸਲਾਮ ਸਰ ਸੇ ਲੈ ਕਰ ਨਾਫ ਤੱਕ ਛਬੀ ਹੈ ਮੁਸਤਫਾ ਇਮਾਮ ਹੁਸੈਨ ਨਾਫ ਸੇ ਲੈ ਕਰ ਕਦਮਾਂ ਤੱਕ ਛਬੀ ਹੈ ਮੁਸਤਫਾ ਅਲੀ ਅਕਬਰ ਸਿਰ ਤੋਂ ਲੈ ਕੇ ਪੈਰ ਤੱਕ ਪੂਰਾ ਛਬੀ ਹੈ ਮੁਸਤਫਾ ਪੂਰਾ ਛਬੀ ਹੈ ਮੁਸਤਫਾ ਪੂਰਾ ਛਬੀ ਹੈ ਮੁਸਤਫਾ ਤੇ ਤੋ ਜਬ ਪੈਦਾਇਸ਼ ਹੋਈ ਇਮਾਮ ਹੁਸੈਨ ਸਲਾਮ ਘਰ ਗਏ ਆਪਣੇ ਬੇਟੇ ਕੋ ਦੇਖਾ ਆਂਖੋਂ ਸੇ ਆਸੂ ਜਾਰੀ ਹੋ ਗਏ ਬੀਬੀ ਜ਼ੈਨਬ ਕੋਲ ਆ ਕੇ ਕਹਿੰਦੇ ਨੇ ਯਾ ਹੁਸੈਨ ਇਹ ਤੇ ਪੂਰਾ ਨਾਨਾ ਜਾਨ ਦੀ ਛਬੀ ਸੁਭਾਨ ਅੱਲਾਹ ਅਭੀ ਇਤਨੀ ਬਾਤ ਕੀ ਦਰਵਾਜ਼ੇ ਪਰ ਦਸਤਕ ਹੋਈ ਬੀਬੀ ਜ਼ੈਨਬ ਪਰਦੇ ਮੇ ਗਈ ਅਤ ਇਮਾਮ ਹੁਸੈਨ ਸਲਾਮ ਜਦ ਦਰਵਾਜ਼ਾ ਖੋਲ ਲੈ ਗਏ ਤੇ ਇੱਕ ਸਬਜ਼ ਰੰਗ ਦਾ ਲਿਬਾਸ ਪਹਿਨੇ ਹੋਏ ਇੱਕ ਬਜ਼ੁਰਗ ਆਇਆ ਬਜ਼ੁਰਗ ਅੰਦਰ ਦਾਖਲ ਹੁਆ ਆ ਕੇ ਇਮਾਮ ਹਜ਼ਰਤ ਅਲੀ ਅਕਬਰ ਕੋ ਆਪਣੇ ਹੱਥੋਂ ਮੇ ਉਠਾਇਆ ਔਰ ਦੇਖ ਕਰ ਫਰਮਾਨੇ ਲਗਾ ਵਾਹ ਸੋਹਣਿਆ ਹੁਸੈਨ ਨੂੰ ਮਿੰਨੀ ਵਾ ਨਾ ਮਿਨਲ ਹੁਸੈਨ ਸੁਭਾਨ ਅੱਲਾਹ ਕਿ ਅੱਜ 33 ਸਾਲ ਤੋਂ ਬਾਅਦ ਸਮਝ ਆਈਏ ਕਿ ਹੁਸੈਨ ਨੂੰ ਮਿੰਨੀ ਵਾ ਨਾ ਮਿਨਲ ਹੁਸੈਨ ਕਿ ਪਹਿਲੇ ਇਹ ਤੇ ਪਤਾ ਸੀ ਕਿ ਹੁਸੈਨ ਮੇਰੇ ਵਿੱਚੋਂ ਹੈ ਅੱਜ ਅਲੀ ਅਕਬਰ ਦਾ ਚਿਹਰਾ ਵੇਖ ਕੇ ਸਮਝ ਆ ਕਿ ਹੁਸੈਨ ਵਿੱਚੋਂ ਵੀ ਮੁਸਤਫਾ ਸੁਭਾਨ ਅੱਲਾਹ ਸੁਭਾਨ ਅੱਲਾਹ ਪੂਰੀ ਸੂਰਤ ਮੁਸਤਫਾ ਸੁਭਾਨ ਅੱਲਾਹ ਪੂਰੀ ਸੂਰਤ ਮੁਸਤਫਾ ਕੀ ਬਾਤ ਹੈ